ਮੈਂ ਮਨਵੀਰ ਕੌਰ ਸੋਸ਼ਲ ਪੋਸਟ ਨਾਲ ਜੁੜੀ ਔਰ ਇਸ ਵੀਡੀਓ ਨੂੰ ਵੇਖ ਰਹੀ ਸਾਰੀ ਆਡੀਅנס ਨੂੰ ਸੰਬੋਧਨ ਹੋ ਕੇ ਅੱਜ ਦੀ ਇਹ ਵੀਡੀਓ ਬਣਾ ਰਹੀ ਆ ਮੇਨ ਮੁੱਦਾ ਜਿਹੜਾ ਹੈ ਇਸ ਵੀਡੀਓ ਦੇ ਵਿੱਚ ਉਹ ਹੈ ਮਲਵਿੰਦਰ ਸਿੰਘ ਮਾਲੀ ਮਲਵਿੰਦਰ ਸਿੰਘ ਮਾਲੀ ਪੰਜਾਬ ਦੇ ਇੱਕ ਬਰੇਵ ਬਹਾਦਰ ਬੋਲਡ ਅੰਦਾਜ਼ ਦੇ ਵਿੱਚ ਆਪਣੇ ਸ਼ਬਦ ਨਹੀਂ ਸिखਾਉਂਦੇ ਮੂੰਹ ਦੇ ਵਿੱਚ ਜਿਹੜੀ ਗੱਲ ਹੈ ਬੜੇ ਬਹਾਦਰੀ ਦੇ ਨਾਲ ਜਿਹੜੀ ਬੁਲੰਦ ਆਵਾਜ਼ ਦੇ ਨਾਲ ਪੋਲੀਟੀਕਲ ਕਮੈਂਟਰੀ ਆਪਣੇ ਵਿਚਾਰ ਰੱਖਦੇ ਆਏ ਸੀ ਮਾਲੀ ਸਾਹਿਬ ਦਾ ਇੱਕ ਆਪਣਾ ਇਤਿਹਾਸ ਹੈ ਜਿਹਦੇ ਕਰਕੇ ਉਹ ਇੱਕ ਕੈਪੇਬਲ ਹੋਏ ਸੀ ਐਨਾ ਜਿਹੜਾ ਐਡਾ ਰੁਤਬਾ ਜੋ ਹੈ ਉਹ ਹਾਸਲ ਕਰਨ ਦੇ ਵਿੱਚ ਵੀ ਹਰ ਇੱਕ ਮੀਡੀਆ ਚੈਨਲ ਐਂਡ ਆਡੀਅנס ਲੋਕ ਪੰਜਾਬ ਤੇ ਮਲਵਿੰਦਰ ਸਿੰਘ ਮਾਲੀ ਦੀਆਂ ਟਿੱਪਣੀਆਂ ਦੇ ਉੱਤੇ ਨਿਰਭਰ ਕਰਦੇ ਸੀ ਫਾਰ ਮੇਕਿੰਗ देयर ਓਨ ਓਪੀਨੀਅਨ ਮਲਵਿੰਦਰ ਸਿੰਘ ਮਾਲੀ ਨੂੰ ਅਰੈਸਟ ਕਰ ਲਿਆ ਗਿਆ ਸੀ 16 ਤਰੀਕ ਨੂੰ ਰਾਤ ਨੂੰ ਔਰ ਹੁਣ 1 ਅਕਤੂਬਰ ਤੱਕ ਮਲਵਿੰਦਰ ਸਿੰਘ ਮਾਲੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਮਲਵਿੰਦਰ ਸਿੰਘ ਮਾਲੀ ਤੋਂ ਪਹਿਲਾਂ ਜਿਹੜੇ ਵਿਸਲ ਬਲੂਅਰ ਸੀਗੇ ਪੰਜਾਬ ਦੇ ਵਿੱਚ ਜਿਵੇਂ ਕਿ ਪਰਮਿੰਦਰ ਸਿੰਘ ਛੋਟਾ ਜਿਵੇਂ ਕਿ ਬਲਵਿੰਦਰ ਸੇਖੋਂ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ ਜੀ ਪਾਨਾ ਲਖਾ ਸਦਾਨਾ ਇਹ ਸਾਰੇ ਜਿਹੜੇ ਨਾਮ ਆਉਂਦੇ ਨੇ ਜਿਨ੍ਹਾਂ ਨੇ ਸਰਕਾਰ ਦੇ ਖਿਲਾਫ ਮੁੱਦੇ ਉਠਾਏ ਔਰ ਆਪਣੇ ਸਮਾਜ ਦੇ ਵਿੱਚ ਗਰਾਊਂਡ ਲੈਵਲ ਤੇ ਕੰਮ ਕੀਤਾ ਪਹਿਲਾ ਸਰਕਾਰ ਨੇ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਐਕਸ਼ਨ ਸੀ ਆਪਾਂ ਪਿਛਲੇ ਸਾਲ ਤੋਂ ਵੇਖਦੇ ਆ ਰਹੇ ਹੈਗੇ ਆ ਪਰਮਿੰਦਰ ਛੋਟਾ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਦੱਸਿਆ ਫਰੋਮ ਮਾਨਸਾ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਰੱਖਦੇ ਨੇ ਔਰ ਸਮਾਜ ਦੇ ਵਿੱਚ ਜਿਵੇਂ ਕਿ ਨਸ਼ੇ ਦੇ ਮੁੱਦੇ ਤੇ ਪਰਮਿੰਦਰ ਛੋਟਾ ਕੰਮ ਕਰ ਰਹੇ ਸੀ ਕਿ ਉਹ ਜਿਹੜੀਆਂ ਐਕਟੀਵਿਟੀਆਂ ਕਰਦੇ ਨੇ ਔਰ ਜਿਸ ਤਰ੍ਹਾਂ ਪੁਲਿਸ ਉਹਨਾਂ ਤੇ ਝੂਠੇ ਪਰਚੇ ਜਿਹੜੇ ਪਾ ਕੇ ਉਹਨਾਂ ਨੂੰ ਜੇਲ੍ਹ ਦੀ ਸੇਵਾ ਵੀ ਕਰਾ ਦਿੰਦੇ ਨੇ ਔਰ ਜਿਹੜੀ ਰੈਪਿਊਟੇਸ਼ਨ ਆ ਉਹਨੂੰ ਰੁਇਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨੇ ਇਹ ਸਿਲਸਿਲਾ ਰੁਕਦਾ ਨਹੀਂ ਹੈ ਜੇਲ੍ਹ ਤੋਂ ਵਾਪਸ ਹੋਣ ਤੋਂ ਬਾਅਦ ਵੀ ਪਰਮਿੰਦਰ ਛੋਟਾ ਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਲਗਾਤਾਰ ਪੁਲਿਸ ਦਾ ਗੇੜਾ ਰਹਿੰਦਾ ਹੈ ਕਈ ਵਾਰ ਪਰਮਿੰਦਰ ਛੋਟਾ ਨੂੰ ਹਾਊਸ ਅਰੈਸਟ ਕੀਤਾ ਗਿਆ ਹੈਗਾ ਔਰ ਬਹੁਤ ਤਰ੍ਹਾਂ ਦੀਆਂ ਹੋਰ ਜਿਹੜੀਆਂ ਸ਼ਿਕਾਇਤਾਂ ਨੇ ਕੰਪਲੇਂਟਸ ਨੇ ਚਾਰ ਪੰਜ ਮੁਕਦਮੇ ਜਿਹੜੇ ਨੇ ਪਰਮਿੰਦਰ ਝੋਟਾ ਕਹਿ ਰਿਹਾ ਕਿ ਮੇਰੇ ਤੇ ਪਾ ਦਿੱਤੇ ਗਏ ਨੇ ਔਰ ਕੰਟੀਨਿਊਸ ਜਿਹੜੀ ਪੁਲਿਸ ਆ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰਦੀ ਰਹਿੰਦੀ ਹੈ ਇੱਕ ਆਮ ਜਿਹਾ ਫੀਨੋਮੀਨਾ ਹੋ ਚੁੱਕਾ ਹੈ ਸੋ ਪਹਿਲਾਂ ਪੁਲਿਸ ਵਿਸਲ ਬਲੋਅਰ ਬਲੋਅਰਸ ਦੇ ਪਿੱਛੇ ਸੀ ਜਿਹੜੇ ਬਲਵਿੰਦਰ ਸਿੱਖੋਂ ਵਰਗੇ ਸੀ ਹੁਣ ਜਿਹੜੀ ਆਪਣੇ ਸਾਹਮਣੇ ਨਵੀਂ ਡਿਵੈਲਪਮੈਂਟ ਇਹਨੂੰ ਆਪਾਂ ਕਵਾਂਗੇ ਕਿ ਪੁਲਿਸ ਨੇ ਹੁਣ ਨੈਕਸਟ ਲੈਵਲ ਦੇ ਲੋਕਾਂ ਨੂੰ ਚੱਕਣਾ ਸ਼ੁਰੂ ਕਰ ਲਿਆ ਨੈਕਸਟ ਲੈਵਲ ਤੋਂ ਪਾਵ ਹੈ ਕਿ ਹੁਣ ਵਿਸਲ ਬਲੂਅਰਸ ਦੀ ਆਵਾਜ਼ ਬੰਦ ਕਰਵਾਉਣ ਤੋਂ ਬਾਅਦ ਜਿਹੜੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਚੈਨਲਸ ਦੇ ਉੱਤੇ ਬੋਲਦੇ ਹੋਏ ਨਜ਼ਰ ਆਉਂਦੇ ਨੇ opinion ਦਿੰਦੇ ਹੋਏ ਮਲਵਿੰਦਰ ਸਿੰਘ ਮਾਲੀ ਵਰਗੇ ਹੁਣ ਉਹਨਾਂ ਦੀ ਵਾਰੀ ਆ ਚੁੱਕੀ ਹੈ ਪੰਜਾਬ ਸਰਕਾਰ ਵਾਇਆ ਪੰਜਾਬ ਪੁਲਿਸ ਇਹ ਜਿਹੜੀਆਂ ਕਾਰਵਾਈਆਂ ਨੇ ਆਪਾਂ ਨੂੰ ਦਿਖ ਰਹੀਆਂ ਨੇ ਰਜਿੰਦਰ ਸਿੰਘ ਤੱਗੜ ਇੱਕ ਪੱਤਰਕਾਰ ਆਲਰੇਡੀ ਜੇਲ੍ਹ ਦੇ ਵਿੱਚ ਬਹੁਤ ਕੁਝ ਭੁਗਤ ਕੇ ਕਈ ਤਰ੍ਹਾਂ ਦੇ ਪਰਚੇ ਭੁਗਤ ਕੇ ਉਹ ਫੇਸ ਕਰ ਚੁੱਕੇ ਨੇ ਹੁਣ ਮਲਵਿੰਦਰ ਸਿੰਘ ਮਾਲੀ ਦੀ ਵਾਰੀ ਔਰ ਇਸ ਤੋਂ ਬਾਅਦ ਹੋਰ ਵੀ this is my assumption ਔਰ most likely ਲੱਗਦਾ ਕਿ ਹੋਰ ਲੋਕਾਂ ਦੀ ਵੀ ਵਾਰੀ ਆਏਗੀ ਉਹਦੇ ਵਿੱਚ ਮੈਂ ਵੀ ਹੋ ਸਕਦੀਆਂ ਜਾਂ ਤੁਸੀਂ ਵੀ ਹੋ ਸਕਦੇ ਹੋ ਜਿਹੜੇ ਸੋਸ਼ਲ ਮੀਡੀਆ ਤੇ ਆਪਣਾ opinion ਦਿੰਦੇ ਹੋ ਇਸ ਲੈਵਲ ਤੇ ਪੰਜਾਬ ਸਰਕਾਰ ਦੀ ਟੂ ਸਟਾਈਫਲ ਦਾ ਕ੍ਰਿਟਿਸਿਜ਼ਮ ਇਹ ਸਾਰੇ ਦੀ ਸਾਰੀ ਗਤੀਵਿਧੀਆਂ ਜਿਹੜੀਆਂ ਇਲੀਗਲ ਨਹੀਂ ਉਹ ਪੌਂਟ ਚੁੱਕੀਆਂ ਨੇ ਇਹ ਉਹੀ ਚੀਜ਼ ਹੈ ਜੋ ਇੰਡੀਆ ਬਲੌਕ ਦੇ ਰਾਹੁਲ ਗਾਂਧੀ ਜੀ ਕਹਿੰਦੇ ਨੇ ਕਿ ਡਰੋ ਮਤ ਡਰਾਓ ਮਤ ਚਾਹੇ ਆਮ ਆਦਮੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਹੈਗੀ ਆ ਪਰ ਆਮ ਆਦਮੀ ਪਾਰਟੀ ਦੀ ਪਾਲਿਸੀ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਜਿਨ੍ਹਾਂ ਨੂੰ ਅੱਜਕੱਲ੍ਹ ਦੇਸ਼ ਦੇ ਵਿੱਚ ਬਹੁਤ ਇੱਕ ਇੱਕ ਅੱਛੀ ਇਮੇਜ ਦੇ ਵਿੱਚ ਉਹਨਾਂ ਨੂੰ ਲਿਆ ਜਾ ਰਿਹਾ ਲੋਕਾਂ ਦਾ ਭਰੋਸਾ ਵਧ ਰਿਹਾ ਹੈ ਉਹਨਾਂ ਦੇ ਉਹ 슬ੋਗਨ ਦੇ ਬਿਲਕੁਲ ਖਿਲਾਫ ਹੈ ਜਿਸ ਅਲਾਈਅੰਸ ਦਾ 파ਟਨਰ ਹੈ ਆਮ ਆਦਮੀ ਪਾਰਟੀ ਕੀ ਡਰੋ ਮਤ ਡਰਾਉ ਮਤ ਪਹਿਲਾਂ ਵਿਸਲ ਬਲੂਅਰਸ ਉਹਨਾਂ ਨੂੰ ਚੁੱਕ ਕਰਵਾ ਦਿੱਤਾ ਗਿਆ ਤੇ ਹੁਣ ਜਿਹੜੇ opinion ਦੇਣ ਵਾਲੇ ਲੋਕ ਨੇ ਜਿਨ੍ਹਾਂ ਦਾ ਇੱਕ ਆਪਣਾ ਮਲਵਿੰਦਰ ਸਿੰਘ ਮਾਲੀ ਹੋਣਾ ਦਾ ਇਤਿਹਾਸ ਹੈ ਮਲਵਿੰਦਰ ਸਿੰਘ ਮਾਲੀ ਦਾ ਇਤਿਹਾਸ ਕੀ ਹੈ ਹੁਣ ਮੈਂ ਉਹ ਗੱਲ ਕਰਨਾ ਚਾਹਾਂਗੀ ਮਲਵਿੰਦਰ ਸਿੰਘ ਮਾਲੀ ਦੀ ਉਮਰ ਮੈਂ ਅਨੁਮਾਨ ਲਗਾ ਰਹੀ ਹਾਂ ਕਿ 65 years ਦੇ ਅਰਾਊਂਡ ਹੈ 1970 ਦੇ ਵਿੱਚ ਉਹ ਪੰਜਾਬ ਸਟੂਡੈਂਟ ਯੂਨੀਅਨ ਦੀ ਜਿਹੜੀ ਲਹਿਰ ਜੋ ਰੀਗਲ ਸਿਨੇਮਾ ਮੋਗਾ ਵਾਲੀ ਇਨਸੀਡੈਂਟ ਐਂਡ ਜਿਹੜੀ ਵਿਦਿਆਰਥੀ ਮੂਵਮੈਂਟ ਹੈ ਉਹਦੇ ਵਿੱਚ ਪੀਐਸਯੂ ਦੇ ਜਨਰਲ ਸੈਕਟਰੀ ਰਹੇ ਨੇ ਵੱਡੀ ਭੂਮਿਕਾ ਔਰ ਐਕਟਿਵਿਜ਼ਮ ਦੇ ਵਿੱਚ ਆਪਣਾ ਬਣਦਾ ਰੋਲ ਨਿਭਾਇਆ 1980 ਦੇ ਵਿੱਚ ਜਨਤਕ ਪੈਗਾਮ ਵਰਗੀ ਮੈਗਜ਼ੀਨ ਜਿਹੜੀ ਮੰਥਲੀ ਨਿਊਜ਼ਪੇਪਰ ਆਪਾਂ ਕਹਿ ਲਈਏ ਮਹੀਨੇ ਚ ਇੱਕ ਵਾਰੀ ਆਉਂਦੀ ਸੀ ਉਹਨੂੰ ਉਹ ਜਨਤਕ ਪੈਗਾਮ ਬਣਾਈ ਉਹਨੂੰ ਲੋਕਾਂ ਦੇ ਵਿੱਚ ਲਿਆਂਦਾ ਤੇ ਜਿਹੜਾ ਵੱਡਾ ਨੈਰੇਟਿਵ ਉਸ ਜਨਤਕ ਪੈਗਾਮ ਦੇ ਵਿੱਚੋਂ ਨਿਕਲ ਕੇ ਆਇਆ ਉਹ ਨੈਰੇਟਿਵ ਪੰਜਾਬ ਦੇ ਪੱਖ ਦਾ ਸੀ ਇੱਕ ਪਾਸੇ ਤਾਂ ਖਾੜਕੂ ਜਿਹੜੀਆਂ ਮੂਵਮੈਂਟ ਸੀ ਜਾਂ ਖਾੜਕੂ ਗਤੀਵਿਧੀਆਂ ਸੀ ਆਪਰੇਸ਼ਨ ਬਲੂ ਸਟਾਰ ਸੀ ਇਹ ਸਾਰਾ ਕੁਝ ਸੀਗਾ ਪੁਲਿਸ ਦੀਆਂ ਪੁਲਿਸ ਦਾ ਇੱਕ ਅਲੱਗ ਰੂਪ ਜਿਹੜਾ ਸੀਗਾ ਉਸ ਸਮੇਂ ਦੇ ਪੰਜਾਬ 'ਚ ਸੀ ਜਿਹਦੇ ਵਿੱਚ ਜਨਤਕ ਪੈਗਾਮ ਵਰਗਾ ਰਸਾਲਾ ਇੱਕ ਪੰਜਾਬ ਦੇ ਹੱਕ ਦਾ ਨੈਰੇਟਿਵ ਲੈ ਕੇ ਆਉਂਦਾ ਹੈਗਾ ਮਲਵਿੰਦਰ ਸਿੰਘ ਮਾਲੀ 1980 1990ਵੇਂ ਤੱਕ ਹਿਊਮਨ ਰਾਈਟਸ ਦਾ ਜੋ ਕਾਣ ਹੋਇਆ ਪੰਜਾਬ ਦੇ ਵਿੱਚ ਅਜੀਤ ਸਿੰਘ ਬੈਂਸ ਹੋਣਾ ਨਾਲ ਰਲ ਕੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਹਿੱਸਾ ਰਹਿੰਦੇ ਆ ਉਹਦੇ ਵਿੱਚ ਇੱਕ ਇਨਵੈਸਟੀਗੇਸ਼ਨ ਸੈੱਲ ਜਿਹੜਾ ਆਪਰੇਟ ਕਰਦੇ ਸੀਗੇ ਔਰ ਉਸ ਤੋਂ ਬਾਅਦ ਫਿਰ ਐਨਐਸਏ ਵਰਗੇ ਟਾਡਾ ਵਰਗੇ ਜਿਹੜੇ ਮੁਕਦਮੇ ਨੇ ਦਰਜ ਹੁੰਦੇ ਨੇ ਟੌਰਚਰ ਕੀਤਾ ਜਾਂਦਾ 2000ਸ ਦੇ ਵਿੱਚ 2005 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੱਕ ਉਹ ਇੱਕ ਵਧੀਆ ਭੂਮਿਕਾ ਜਿਹੜੇ ਪਰਸਨਲ ਰਿਲੇਸ਼ਨਸ਼ਿਪ ਮੈਨੇਜਰ ਹੁੰਦੇ ਨੇ ਉਹ ਜਿਹੜੀ ਭੂਮਿਕਾ ਸਾਰੀ ਆ ਇਹਨਾਂ ਸੀਐਮਸ ਦੇ ਲਈ ਨੋਬੰਦੀ ਆਏ ਹੈਗੇ ਆ ਮਲਵਿੰਦਰ ਸਿੰਘ ਮਾਲੀ ਦੀਆਂ ਦੋ ਪੁਆਇੰਟਸ ਨੇ ਜਿਹੜੇ ਇੱਥੇ ਆਪਾਂ ਨੂੰ ਜਾਣਣੇ ਜ਼ਰੂਰੀ ਨੇ ਨੰਬਰ 1 ਉਹਨਾਂ ਨੇ ਹਮੇਸ਼ਾ ਪੰਜਾਬ ਦੇ ਪੱਖ ਦਾ ਮੁੱਦਾ ਜਿਹੜਾ ਕਿ ਫੈਡਰਲਿਜ਼ਮ ਫੈਡਰਲਿਜ਼ਮ ਦੀ ਗੱਲ ਨੂੰ ਜ਼ੋਰਦਾਰ ਟੰਗ ਦੇ ਨਾਲ ਹਮੇਸ਼ਾ ਕੀਤਾ ਔਰ ਹਰ ਇੱਕ ਚੱਲਦੀ ਗੱਲ ਦੇ ਵਿੱਚ ਉਹ ਆਪਣਾ ਫੈਡਰਲਿਜ਼ਮ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਉਸ ਇਸ਼ੂ ਨੂੰ ਵਿੱਚ ਲੈ ਆਉਂਦੇ ਨੇ ਕਿ ਪੰਜਾਬ ਦੀਆਂ ਵੱਧ ਤਾਕਤਾਂ ਹੋਣੀਆਂ ਚਾਹੀਦੀਆਂ ਨੇ ਚਾਹੇ ਐਨਆਈਏ ਦੀਆਂ ਰੇਡਸ ਪੈ ਰਹੀਆਂ ਨੇ ਪੰਜਾਬ ਦੇ ਵਿੱਚ ਉਸ ਮਾਹੌਲ ਦੇ ਵਿੱਚ ਵੀ ਮਲਵਿੰਦਰ ਸਿੰਘ ਮਾਲੀ ਹਮੇਸ਼ਾ ਇਹ ਵਾਸ ਚੱਕਦੇ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਰਿਸ਼ਤੇਦਾਰਾਂ ਤੇ ਜਿਹੜੀਆਂ ਰੇਡਾਂ ਪੈ ਰਹੀਆਂ ਨੇ ਪੰਜਾਬ ਸਰਕਾਰ ਸਹੀ ਭੂਮਿਕਾ ਨਹੀਂ ਨਿਭਾਰੀ ਹੈਗੀ ਕੇਂਦਰੀ ਏਜੰਸੀਆਂ ਦੀਆਂ ਜਿਸ ਤਰ੍ਹਾਂ ਇਹ ਰੇਡਸ ਆਪਣੇ ਸਾਹਮਣੇ ਹੈਗੀਆਂ ਮਲਵਿੰਦਰ ਸਿੰਘ ਮਾਲੀ ਦੀ ਦੂਸਰੀ ਵੱਡੀ ਭੂਮਿਕਾ ਇਹ ਰਹੀ ਹੈ ਕਿ 1992 ਦੀਆਂ ਚੋਣਾਂ ਦਾ ਜੋ ਬਾਈਕਾਟ ਕੀਤਾ ਗਿਆ ਜਾਂ ਕਰਵਾਇਆ ਗਿਆ ਖੜਕੂ ਟੀਰਾ ਵੱਲੋਂ ਉਹਦੇ ਖਿਲਾਫ ਅੱਜ ਤੱਕ ਉਹ ਬੋਲਦੇ ਆਏ ਨੇ ਉਹਦਾ ਜਵਾਬ ਉਹ ਅੱਜ ਤੱਕ ਮੰਗਦੇ ਆਏ ਨੇ ਜਿਹੜੀਆਂ ਇਨਵੋਲਡ ਟੀਰਾ ਸੀਗੀਆਂ ਕਿ ਕਿਉਂ ਉਹ ਮੌਕਾ ਖੰਝਾਇਆ ਗਿਆ ਮਲਵਿੰਦਰ ਸਿੰਘ ਮਾਲੀ ਉਹਨਾਂ ਨੇ ਗੱਲ ਨੂੰ ਹਰ ਵਾਰ ਕਿਹਾ ਲਿਖ ਕੇ ਵੀ ਕਿਹਾ ਬੋਲ ਕੇ ਵੀ ਕਿ 1992 ਦੀਆਂ ਚੋਣਾਂ ਦਾ ਬਾਈਕਾਟ ਕਿਉਂ ਕੀਤਾ ਗਿਆ ਬਾਈਕਾਟ ਹੋਣ ਕਰਕੇ ਹੀ ਅੱਗੇ ਬੈਂਸਿੰਘ ਦੀ ਸਰਕਾਰ ਆਉਂਦੀ ਹੈ ਔਰ ਜਿਸ ਤਰ੍ਹਾਂ ਹਿਊਮਨ ਰਾਈਟਸ ਦਾ ਪੁਲਿਸ ਦਾ ਜਿਹੜਾ ਇੱਕ ਆਪਾਂ ਨੂੰ ਰੂਪ ਸਾਹਮਣੇ ਆਂਦਾ ਅੱਜ ਪੜਦੇ ਹੋਏ ਆਪਾਂ ਦੇਖਦੇ ਹੈਗੇ ਆ ਅੱਜ ਤੱਕ ਵੀ ਉਹਨਾਂ ਪੁਲਿਸ ਅਫਸਰਸ ਨੂੰ ਸਜ਼ਾਵਾਂ ਹੋ ਰਹੀਆਂ ਨਹੀਂ ਮਲਵਿੰਦਰ ਸਿੰਘ ਮਾਲੀ ਨੇ ਹਮੇਸ਼ਾ ਹੀ ਇਸ ਗੱਲ ਨੂੰ ਆਪਣੇ ਸਾਹਮਣੇ ਰੱਖਿਆ ਹੈਗਾ ਚਾਹੇ ਇਹ ਗੱਲ ਅੱਜ ਦੇ ਸਮੇਂ ਦੇ ਵਿੱਚ ਕੰਪਲੀਟਲੀ ਇਰੈਲੇਵੈਂਟ ਹੋ ਚੁੱਕੀ ਹੈਗੀ ਆ ਸੋ ਇਹ ਮਾਲੀ ਦੇ ਮੈਨੂੰ ਲੱਗਦਾ ਕਿ ਦੋ ਪੁਆਇੰਟ ਸੀ ਜਿਹੜੇ ਮੈਨੂੰ ਇਹ ਦੱਸਨੇ ਬਹੁਤ ਜ਼ਰੂਰੀ ਸੀਗੇ ਇਸ ਸਮੇਂ ਕਿ ਮਾਲੀ ਜਦੋਂ ਮੈਂ ਕਹਿੰਨੀ ਹੈਗੀ ਆ ਕਿ ਮਲਵਿੰਦਰ ਸਿੰਘ ਮਾਲੀ ਆਪਣੇ ਆਪ ਵਿੱਚ ਹੀ ਇੱਕ ਜਿਉਂਦਾ ਜਾਗਦਾ ਇਤਿਹਾਸ ਨੇ ਉਹ ਕਹਿਣ ਤੋਂ ਭਾਵ ਇਹੀ ਸੀ ਕਿ 1970 ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਬਣਦੇ ਦੇਖਿਆ ਵਿਗੜਦੇ ਦੇਖਿਆ ਟੈਂ ਟੰਦੇ ਦੇਖਿਆ ਔਰ ਹੁਣ ਫਿਰ ਜਿਹੜਾ ਬਦਲਾਵ ਵਾਲਾ ਪੰਜਾਬ ਹੈ ਜਿਸ ਤਰ੍ਹਾਂ ਦਾ ਵੀ ਪੰਜਾਬ ਹੈ ਇਹਦੇ ਵਿੱਚ ਆਪਣੀ ਗੱਲ ਨੂੰ ਆਪਣੇ ਨੈਰੇਟਿਵ ਨੂੰ ਬਹੁਤ ਬੇਵਾਕੀ ਦੇ ਨਾਲ ਆਪਣੇ ਸਾਹਮਣੇ ਰੱਖਦੇ ਆਏ ਨੇ ਸੂਬੇ ਦੀ ਅੰਦਰਲੀ ਹਾਲਤ ਨੂੰ ਅਗਰ ਆਪਾਂ ਦੇਖੀਏ ਤਾਂ ਇੱਕ ਵੱਡਾ ਦਾਇਰਾ ਜਿਹੜਾ ਹੈ BSF ਦੇ ਅਧੀਨ ਹੈ ਜਿਹੜਾ ਬਾਰਡਰਾਂ ਦੇ ਨਾਲ ਲੱਗਦਾ ਹੈ ਜਿਹਦੇ ਤੇ BSF ਦੀ ਨਿਗਰਾਨੀ ਹੈਗੀ ਆਪਾਂ ਦੇਖ ਰਹੇ ਆ ਨਿਤ ਹੀ NIA ਦੀਆਂ ਜਿਹੜੀਆਂ ਰੇਡਸ ਨੇ ਉਹ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਦੇਖਣ ਨੂੰ ਮਿਲਦੀਆਂ ਨੇ ਤੇ ਉਹਨਾਂ ਰੇਡਸ ਦੇ ਵਿੱਚੋਂ ਕੀ ਹਾਸਲ ਹੋ ਰਿਹਾ ਹੈ ਸਰਕਾਰ ਨੂੰ ਏਜੰਸੀਆਂ ਨੂੰ ਉਹ ਸਾਡੇ ਸਾਹਮਣੇ ਕਦੀ ਵੀ ਉਹ ਡਾਟਾ ਨਹੀਂ ਆਉਂਦਾ ਹੈਗਾ ਇਵਨ ਪੰਜਾਬ ਪੁਲਿਸ ਵੀ NIA ਰੈਡਾਂ ਦੇ ਨਾਲ ਐਕਸਪੋਰਟ ਦੇ ਵਿੱਚ ਹੁੰਦੀ ਹੈਗੀ ਆ ਆਪਾਂ ਦੇਖਦੇ ਆ ਹਾਈ ਕੋਰਟ ਲਗਾਤਾਰ ਨਸ਼ੇ ਤੇ ਜਿਹੜੇ ਜਿਹੜੇ ਸਮਗਲਰ ਨੇ ਉਹਨਾਂ ਦੀ ਰਿਪੋਰਟਸ ਮੰਗ ਰਹੇ ਨੇ ਉਹਦੇ ਤੇ ਪੰਜਾਬ ਪੁਲਿਸ ਤੇ ਹਾਈ ਕੋਰਟ ਨੇ ਆਪਣੇ ਬਹੁਤ ਹੀ ਸਖਤ ਸ਼ਬਦ ਵਰਤੇ ਨੇ ਕਿ ਇਹ ਜਿਹੜੇ ਜਿਹੜੇ ਸਮਗਲਰ ਨੇ ਇਹ ਪੁਲਿਸ ਦੇ ਹੱਥ ਕਿਉਂ ਨਹੀਂ ਆ ਰਹੇ ਪਗੌੜੀ ਕਿਉਂ ਹੋ ਰਹੇ ਨੇ ਆਪਾਂ ਦੇਖ ਰਹੇ ਹਾਂ ਗੈਂਗਸਟਰਾਂ ਦੇ ਇਨਕਾਊਂਟਰ ਦੀਆਂ ਖਬਰਾਂ ਬਹੁਤ ਬਣ ਰਹੀਆਂ ਨੇ ਪਰ ਐਟ ਦ ਸੇਮ ਟਾਈਮ ਐਕਸਟਰਸ਼ਨ ਦੀਆਂ ਫਰੋਤੀਆਂ ਦੀਆਂ ਕੋਲਾ ਆਪਣੇ ਸਾਹਮਣੇ ਨੇ ਕਿ ਕਿੰਨੀਆਂ ਆਲੇ-ਦੁਆਲੇ ਆਪਣੇ ਆਲੇ-ਦੁਆਲੇ ਹੀ ਲੋਕਾਂ ਨੂੰ ਇਹ ਬਹੁਤ ਵੱਡਾ ਇੱਕ ਪੈਦਾ ਮਾਹੌਲ ਜਿਹੜਾ ਹੈ ਪੈਦਾ ਹੋ ਚੁੱਕਾ ਹਾਈ ਕੋਰਟ ਲਗਾਤਾਰ ਮਾਈਨਿੰਗ ਦੇ ਮਸਲੇ ਤੇ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਜੋ ਜੇਲ੍ਹਾਂ 'ਚ ਗੈਂਗਸਟਰਾਂ ਦਾ ਰਾਜ ਹੈ ਉਹਦੇ ਤੇ ਗੱਲ ਨੂੰ ਹਾਈ ਕੋਰਟ ਸਾਡੇ ਸਾਹਮਣੇ ਰੱਖ ਰਹੀ ਹੈ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਕਿਸਾਨ 13 ਜਿਹੜੀਆਂ ਧਰਨਿਆਂ ਤੇ ਬੈਠੀਆਂ ਨੇ ਉਨ੍ਹਾਂ ਦੀ ਜਿਹੜੀ ਬੇਪਰੋਸਗੀ ਹੈ ਸਰਕਾਰ ਦੇ ਉੱਤੇ ਉਹ ਸਾਡੇ ਸਾਹਮਣੇ ਹੈ ਇਹ ਪੰਜਾਬ ਦਾ ਦ੍ਰਿਸ਼ ਹੈਗਾ ਔਰ ਇਹਦੇ ਵਿੱਚ ਕਿਤੇ ਵੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਪੋਜ਼ਿਟਿਵ ਰੋਲ ਪਲੇ ਕਰਦੇ ਹੋਏ ਨਜ਼ਰ ਨਹੀਂ ਆ ਰਹੀ ਹੈਗੀ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ ਕੁਐਸਚਨ ਹੋ ਰਿਹਾ ਇਹਦਾ ਵੱਡਾ ਕਾਰਨ ਹੈ ਕਿ ਮਲਵਿੰਦਰ ਸਿੰਘ ਮਾਲੀ ਤੇ ਜੋ ਪਰਚਾ ਕੀਤਾ ਗਿਆ ਉਹ ਪਰਚਾ ਜਿਸ ਬੰਦੇ ਵੱਲੋਂ ਕੀਤਾ ਗਿਆ ਅਮਿਤ ਜੈਨ ਉਹਦਾ ਨਾਮ ਹੈ ਉਹ ਪੰਜਾਬ ਦੀ ਗਊ ਸੇਵਾ ਕਮਿਸ਼ਨ ਦਾ ਇੱਕ ਮੈਂਬਰ ਹੈ ਔਰ ਉਹ ਗਊ ਸੇਵਾ ਕਮਿਸ਼ਨ ਦੇ ਜਿਹੜੇ ਮੈਂਬਰ ਹੁੰਦੇ ਆ ਉਹ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਉੱਥੇ ਕੁਰਸੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਉਹਦੇ ਚੇਅਰਮੈਨ ਨੇ ਹੀ ਇਜ਼ ਅ ਜੈਂਟਲਮੈਨ ਦੋ ਜਿਹੜੇ ਚੇਅਰਮੈਨ ਨੇ ਗਊ ਸੇਵਾ ਕਮਿਸ਼ਨ ਦੇ ਉਹ ਵੀ ਧੂਰੀ ਤੋਂ ਕਾਫੀ ਆਮ ਆਦਮੀ ਪਾਰਟੀ ਦੇ ক্লোਜ਼ ਦੇ ਬੰਦੇ ਨੇ ਉਹ ਲਗਾਏ ਗਏ ਨੇ ਸੋ ਇਸ ਤਰ੍ਹਾਂ ਇਹ ਮੈਂਬਰ ਨੇ ਗਊ ਸੇਵਾ ਕਮਿਸ਼ਨ ਤੇ ਆਪਾਂ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਮਲਵਿੰਦਰ ਸਿੰਘ ਮਾਲੀ ਤੇ ਜਿਹੜੀਆਂ ਧੁਰਾਵਾਂ ਲਾਈਆਂ ਗਈਆਂ ਨੇ ਉਹ ਨਵੇਂ ਕਾਨੂੰਨ ਦੇ ਤਹਿਤ ਹੈ। ਉਹ ਧੁਰਾਵਾਂ ਨੇ 196 ਬੀ ਬੀਐਨਐਸ ਜਿਹੜਾ ਨਵਾਂ ਆਪਣਾ ਭਾਰਤੀ ਨਿਆਇ ਸਹਿਿਤਾ ਜਿਹੜੇ ਕਾਨੂੰਨ ਲਾਗੂ ਹੋਏ ਨੇ ਔਰ ਨਾਲ ਹੀ 299 299 295ਏ ਦਾ ਬਦਲਿਆ ਹੋਇਆ ਰੂਪ ਹੈਗਾ। ਜਦਕਿ 295ਏ ਜਦੋਂ ਲੱਗਦਾ ਸੀ ਉਹਦੇ ਵਿੱਚ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੀ ਵਰਤੋਂ ਕਰਕੇ ਕੀਤੀਆਂ ਹੋਈਆਂ ਗੱਲਾਂ ਦਾ ਕੋਈ ਵੀ ਜ਼ਿਕਰ ਨਹੀਂ ਸੀ ਹੁੰਦਾ। ਪਰ ਇਹ ਜਿਹੜਾ 299 ਬਣਾਇਆ ਗਿਆ ਇਹਦੇ ਵਿੱਚ ਰਿਲੀਜੀਅਸ ਸੈਂਟੀਮੈਂਟ ਹਰਟ ਕਰਨਾ ਲਿਖ ਕੇ ਬੋਲ ਕੇ ਜਾਂ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਮੀਡੀਅਮ ਦੇ ਥਰੂ ਇਹ ਵੀ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਆ ਇਹਦੀ ਪੈਦਾ ਕੀਤੀ ਗਈ ਹੈਗੀ ਔਰ ਉਹਦੇ ਵਿੱਚੋਂ ਹੀ ਮਲਵਿੰਦਰ ਸਿੰਘ ਮਾਲੀ ਹੁਣਾਂ ਦੀ ਇਹ ਜਿਹੜੀ ਅਰੈਸਟ ਹੋਈ ਹੈ ਜਿਹਦੇ ਵਿੱਚ ਪੁਲਿਸ ਨੇ ਕੋਈ ਕਸਟਡੀ ਵੀ ਨਹੀਂ ਮੰਗੀ ਔਰ ਸਿੱਧਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਹੁਣ ਗੱਲ ਕਰਦੇ ਹਾਂ ਗਊ ਸੇਵਾ ਕਮਿਸ਼ਨ ਦੇ ਉੱਤੇ ਗਊ ਸੇਵਾ ਕਮਿਸ਼ਨ ਬਕਾਇਦਾ ਤੌਰ ਤੇ ਐਕਟ ਦੇ ਅਧੀਨ ਬਣਿਆ ਗਿਆ 2014 ਦੇ ਵਿੱਚ ਐਕਟ ਬਣਦਾ ਔਰ ਇਹ ਜਿਹੜਾ ਕਮਿਸ਼ਨ ਹੈ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਭਰਤੀਆਂ ਹੁੰਦੀਆਂ ਨੇ ਦੋ ਤਰ੍ਹਾਂ ਦੇ ਮੈਂਬਰ ਹੁੰਦੇ ਆ ਇੱਕ ਮੈਂਬਰ ਨੇ ਜਿਹੜੇ ਸਰਕਾਰੀ ਮੈਕਮਿਆਂ ਦੀਆਂ ਡੈਜ਼ਿਗਨੇਟਿਡ ਪੋਸਟਾਂ ਤੇ ਜਿਹੜਾ ਵੀ ਆਈਐਸ ਆਫੀਸਰ ਆਂਦਾ ਉਹ ਆਟੋਮੈਟਿਕਲੀ ਇਹਦੇ ਮੈਂਬਰ ਹੋ ਜਾਂਦੇ ਨੇ ਜਿਵੇਂ ਫਾਈਨੈਂਸ ਕਮਿਸ਼ਨ ਹੋ ਗਿਆ ਆ ਪਾਵਰ ਆਲਾ ਆਪਣਾ ਮੈਕਮਾ ਹੋ ਗਿਆ ਪੀਐਸਪੀਸੀਐਲ ਜਾਂ ਇਸ ਤਰ੍ਹਾਂ ਦੇ ਜਿਹੜੇ ਕੁਝ ਕ ਮੈਕਮੇ ਨੇ ਉਹਨਾਂ ਦੇ ਹਾਰਟੀਕਲਚਰ ਵਗੈਰਾ ਉਹਨਾਂ ਦੇ ਡਾਇਰੈਕਟਰ ਇਹਦੇ ਮੈਂਬਰ ਹੁੰਦੇ ਨੇ ਹੁਣ ਜਿਹੜੀ ਦੂਸਰੀ ਟਾਈਪ ਦੇ ਮੈਂਬਰ ਨੇ ਉਹ ਹੁੰਦੇ ਨੇ ਨਾਨ ਸਰਕਾਰੀ ਜਿਹੜੇ ਗੈਰ ਸਰਕਾਰੀ ਹੁੰਦੇ ਨੇ ਉਹਨਾਂ ਚ ਇੱਕ ਚੇਅਰਮੈਨ ਵਾਈਸ ਚੇਅਰਮੈਨ ਪਲੱਸ 8 ਹੋਰ ਮੈਂਬਰ ਲਾਈ ਜਾਂਦੇ ਔਰ ਇਹ ਕੰਪਲੀਟਲੀ ਜਿਹੜੀ ਵੀ ਪਾਰਟੀ ਰਾਜ ਕਰਦੀ ᱛਿਰ ਹੁੰਦੀ ਹੈ ਆਮ ਆਦਮੀ ਪਾਰਟੀ ਹੈ ਪੰਜਾਬ ਚ ਉਹਨਾਂ ਦੇ ਨੇੜਲੇ ਬੰਦਿਆਂ ਨੂੰ ਹੀ ਇਹ ਪੋਸਟਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਇਸੇ ਕਮਿਸ਼ਨ ਦਾ ਇੱਕ ਮੈਂਬਰ ਹੈ ਅਮਿਤ ਜੈਨ ਜਿਹਦੇ ਵੱਲੋਂ ਇੱਕ ਕੰਪਲੇਂਟ ਮਾਲਵਿੰਦਰ ਸਿੰਘ ਮਾਲੀ ਤੇ ਕੀਤੀ ਗਈ ਹੈ ਕਈ ਤਸਵੀਰਾਂ ਆਪਣੇ ਸਾਹਮਣੇ ਆ ਚੁੱਕੀਆਂ ਨੇ ਕਿ ਕਿਵੇਂ ਆਮ ਆਦਮੀ ਪਾਰਟੀ ਨਾਲ ਗਹਿਰੇ ਸਬੰਧ ਨੇ ਅਮਿਤ ਜੈਨ ਦੇ ਰੈਪਿਊਟੇਸ਼ਨ ਵਾਈਜ਼ ਕੋਈ ਜ਼ਿਆਦਾ ਸਟਾਰ ਆਪਾਂ ਇਹਨਾਂ ਨੂੰ ਜਨਸਾਪ ਨੂੰ ਨਹੀਂ ਦੇ ਸਕਦੇ ਹੈਗੇ ਲੇਕਿਨ ਆਮ ਆਦਮੀ ਪਾਰਟੀ ਨੇ ਇੱਕ ਵਧੀਆ ਅਹੁਦਾ ਦੇ ਕੇ ਸਨਮਾਨਿਤ ਜਰੂਰ ਕੀਤਾ ਹੋਇਆ ਔਰ ਉਹਦੇ ਵਿੱਚੋਂ ਹੀ ਇਹ ਜਿਹੜੀ ਜਿਹੜੀ ਇਹ ਕੰਪਲੇਂਟ ਹੈਗੀ ਆ ਮਲਵਿੰਦਰ ਸਿੰਘ ਮਾਲੀ ਹੁਣਾਂ ਦੇ ਖਿਲਾਫ ਨਿਕਲ ਕੇ ਆਉਂਦੀ ਹੈਗੀ ਹੈ ਵੱਡਾ ਕਾਰਨ ਇਹ ਹੋ ਸਕਦਾ ਹੈਗਾ ਕਿ ਕਿਉਂਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏ ਨੇ ਬੜੀ ਮੁਸ਼ਕਲ ਦੇ ਨਾਲ ਬੇਲ ਮਿਲੀ ਹੈ ਬਹੁਤ ਵੱਡਾ ਕਰਪਸ਼ਨ ਦਾ ਭ੍ਰਸ਼ਟਾਚਾਰ ਦਾ ਕੇਸ ਹੈ ਪੰਜਾਬ ਤੱਕ ਵੀ ਇਹਦੀਆਂ ਤਾਰਾਂ ਜੋੜਦੀਆਂ ਨੇ ਪੰਜਾਬ ਨੇ ਕੋਈ ਵੀ ਆਪਣੇ ਲੈਵਲ ਤੇ ਜਿਹੜੇ ਵਾਏਐਸ ਆਫੀਸਰ ਹੈ ਉਹਨਾਂ ਤੋਂ ਆਪਣੇ ਕੋਲ ਕੋਈ ਵੀ ਇਨਫੋਰਮੇਸ਼ਨ ਨਿਕਲ ਕੇ ਨਹੀਂ ਆਉਂਦੀ ਔਰ ਨਾ ਹੀ ਉਹ ਅਪਰੋਚੇਬਲ ਨੇ ਬਹੁਤ ਵੱਡਾ ਭ੍ਰਸ਼ਟਾਚਾਰ ਦਾ ਇਹ ਜਿਹੜਾ ਕੇਸ ਹੈ ਆਮ ਆਦਮੀ ਪਾਰਟੀ ਦੇ ਉੱਪਰ ਇਹਦੇ ਵਿੱਚ ਇਕੱਲਾ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਹੀਂ ਬਲਕਿ ਪੂਰੀ ਪਾਰਟੀ ਦੇ ਉੱਤੇ ਹੀ ਇੱਕ ਤਰ੍ਹਾਂ ਦਾ ਇਹ ਜਿਹੜਾ ਕੇਸ ਹੈ ਕੰਪਨੀ ਐਕਟ ਦੇ ਵਿੱਚ ਇਸ ਤਰ੍ਹਾਂ ਲਿਆ ਕੇ ਉਹ ਕੀਤਾ ਗਿਆ ਹੈਗਾ ਔਰ ਇਹਦੇ ਤੋਂ ਆਮ ਆਦਮੀ ਪਾਰਟੀ ਲਈ ਬਚਣਾ ਜਿੰਨੀਆਂ ਕਾਪਾ ਇਨਫੋਰਮੇਸ਼ਨ ਆਪਣੇ ਸਾਹਮਣੇ ਆਉਂਦੀ ਹੈ ਥਰੂ মিডিਆ ਬਹੁਤ ਮੁਸ਼ਕਿਲ ਲੱਗਦਾ ਹੈ ਬਹੁਤ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਔਰ ਇਹੋ ਪਾਰਟੀ ਹੈ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ ਤੋਂ ਨਿਕਲੀ ਹੈ ਅਰਵਿੰਦ ਕੇਜਰੀ ਵਾਇਲ ਜੇਲ੍ਹ ਤੋਂ ਬਾਹਰ ਆ ਕੇ ਜਿਹੜੀ ਅਟੈਂਪਟ ਕਰ ਰਿਹਾ ਸੀ ਸੀਤਾ ਮਾਤਾ ਉਸੇ ਅਟੈਂਪਟ ਦੇ ਵਿੱਚ ਮਲਵਿੰਦਰ ਸਿੰਘ ਮਾਲੀ ਵਰਗੇ ਕਮੈਂਟੇਟਰ ਜਿਹੜੇ ਆਪਣੀ ਗੱਲ ਨੂੰ ਬੁਲੰਦ ਆਵਾਜ਼ ਦੇ ਵਿੱਚ ਕਹਿੰਦੇ ਆ ਦੇ ਡੋਂਟ ਮੀਨਸ देयर ਵਰਡਸ ਮੈਂ ਇਸ ਵੀਡੀਓ 'ਚ ਅੱਥੇ ਕੋਈ ਵੀ ਡਿਪਲੋਮੈਟਿਕ ਅਪਰੋਚ ਨਹੀਂ ਵਰਤਾਂਗੀ ਕਿਉਂਕਿ ਮਲਵਿੰਦਰ ਸਿੰਘ ਮਾਲੀ ਹੁਣਾਂ ਨੇ ਮੇਰੇ ਚੈਨਲ ਤੇ ਵੀ ਲਗਾਤਾਰ ਕਈ ਪ੍ਰੋਗਰਾਮ ਜੜੇ ਨੇ ਕੀਤੇ ਨੇ ਮਲਵਿੰਦਰ ਸਿੰਘ ਮਾਲੀ ਦੇ ਸ਼ਬਦ ਚੰਗੇ ਹੋਣ ਮਾੜੇ ਹੋਣ ਮੈਂ ਉਹਦੇ 'ਚ ਨਹੀਂ ਜਾਵਾਂਗੀ ਪਰ ਉਹ ਬਹੁਤ ਓਨੈਸਟ ਅਪਰੋਚ ਦੇ ਨਾਲ ਗੱਲ ਕਰਦੇ ਸੀ ਇਮਾਨਦਾਰ ਅਪਰੋਚ ਦੇ ਨਾਲ ਔਰ ਪੰਜਾਬ ਦੇ ਪੰਜਾਬੀਆਂ ਦੇ ਹੱਕ ਦੀ ਆਈ ਮਾਈਟ ਬੀ ਜੰਪਿੰਗ ਦਾ ਗਨ ਬਟ ਮਲਵਿੰਦਰ ਸਿੰਘ ਮਾਲੀ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਇਸੇ ਕਰਕੇ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਜਿਹੜੇ ਜੇਲ੍ਹ ਚੋਂ ਬਾਹਰ ਆਏ ਨੇ ਲੰਬੇ ਅਰਸੇ ਤੋਂ ਬਾਅਦ ਆਏ ਨੇ ਕਾਫੀ ਐਫਰਟਸ ਲਗਾਉਣ ਤੋਂ ਬਾਅਦ ਵੱਡੇ ਵੱਡੇ ਵਕੀਲ ਕਰਨ ਤੋਂ ਬਾਅਦ ਬਾਹਰ ਆਏ ਨੇ ਪਰ ਜਿਹੜੀਆਂ ਐਲੀਗੇਸ਼ਨਸ ਨੇ ਭ੍ਰਿਸ਼ਟਾਚਾਰ ਦੀਆਂ ਹਜੇ ਵੀ ਚੱਲਦੀਆਂ ਨੇ ਤੇ ਜਿਹੜੀ ਅਰਵਿੰਦ ਕੇਜਰੀਵਾਲ ਦੀ ਥਾਤ ਸੀਤਾ ਮਾਤਾ ਸਟੇਟਮੈਂਟ ਹੈ ਉਸ ਈਮੇਜ ਨੂੰ ਜਿਹੜੀ ਉਹ ਕ੍ਰੀਏਟ ਕਰਨੀ ਚਾਹੁੰਦੇ ਆ ਉਨੂੰ ਕੋਈ ਵੀ ਪਬਲਿਕ opinion ਐਦਾਂ ਦਾ ਬਣ ਨਾ ਜਾਵੇ ਜਿਹੜਾ ਅਰਵਿੰਦ ਕੇਜਰੀਵਾਲ ਦੀ ਸੀਤਾ ਮਾਤਾ image ਦੇ ਵਿਰੁੱਧ ਜਾਵੇ ਇਸ ਕਰਕੇ ਮਾਲਵਿੰਦਰ ਸਿੰਘ ਮਾਲੀ ਹੋਣਾ ਤੇ ਇਹ ਜਿਹੜੀ ਕੇਸ ਹੈ ਇਹ ਜਿਹੜੀ ਅਰੈਸਟ ਜਿਹੜੀ ਆ ਪਾਈ ਗਈ ਆ ਔਰ ਇਨ ਅ ਵੈਰੀ ਹਿਊਮੀਲੇਟਿੰਗ ਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਪੁਲਿਸ ਪੰਜਾਬ ਦੀ ਸਰਕਾਰ ਕਿੰਨੀ ਪਾਵਰਫੁਲ ਹੈ ਇਹ ਮੇਰਾ ਜੈਨੂਇਨਲੀ ਮੰਨਣਾ ਹੈ ਇਹੀ ਮੈਨੂੰ ਮਹਿਸੂਸ ਹੋ ਰਿਹਾ ਔਰ ਅਗਰ ਅਗਰ ਐਵੇਂ ਨਾ ਹੋਇਆ ਇਹਦੇ ਵਿਰੁੱਧ ਕੋਈ ਵੀ ਚੀਜ਼ ਹੋਈ ਜਾਂ ਇਹ ਬਿਲਕੁਲ 100% ਸਹੀ ਹੋਇਆ ਮੇਰਾ ਮੇਰੀ ਇਹ ਜਿਹੜੀ ਅਸਮਪਸ਼ਨ ਹੈ ਤਾਂ ਇਹਦੇ ਤੇ ਵੀ ਅਗਲੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਬਟ ਥਿਸ ਇਸ ਹਾਉ ਥਿਸ ਇਸ ਮਾਈ ਬਲੀਫ ਰਾਈਟ ਨਾਉ ਕਿ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਦੀ ਆਈ ਅਗੇਨ ਸੇ ਸੀਤਾ ਮਾਤਾ ਇਮੇਜ ਨੂੰ ਥੈਟ ਅਗਨੀ ਪ੍ਰੀਖਿਆ ਚੋਂ ਨਿਕਲਣ ਵਾਲੀ ਇਮੇਜ ਨੂੰ ਪ੍ਰੋਟੈਕਟ ਕਰਨ ਦੇ ਲਈ ਪਬਲਿਕ opinion ਦੇ ਵਿੱਚ ਕਿਤੇ ਵੀ ਕੋਈ ਕ੍ਰਿਟਿਸਿਜ਼ਮ ਪੈਦਾ ਨਾ ਹੋਵੇ ਜਾਂ ਕੋਈ ਵੀ ਐਦਾਂ ਦਾ ਨੈਰੇਟਿਵ ਨਾ ਖੜਾ ਹੋ ਸਕੇ ਉਹਨੂੰ ਰੋਕਣ ਦੇ ਲਈ ਹੀ ਇਹ ਜਿਹੜੇ ਐਕਸ਼ਨ ਮੋਡ ਦੇ ਵਿੱਚ ਪੰਜਾਬ ਸਰਕਾਰ ਆਈ ਐਂਡ ਅਗੇਨ ਆਈ ਮਾਈਟ ਬੀ ਜੰਪਿੰਗ ਦਾ ਗਨ ਇਕੱਲੇ ਮਾਲਵਿੰਦਰ ਸਿੰਘ ਮਾਲੀ ਨਹੀਂ ਇਹਦੇ ਵਿੱਚ ਹੋਰ ਵੀ ਬਹੁਤ ਲੋਕਾਂ ਦੇ ਨੰਬਰ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਉਸ ਇਸ ਨਾਮ ਦਾ ਇੱਕ ਟੈਕਸ ਜਿਹੜਾ ਹੈ ਤੁਹਾਡੀ ਜੇਬਾਂ ਤੇ ਪੰਜਾਬੀਆਂ ਦੀ ਜੇਬਾਂ ਤੇ ਲਗਾਤਾਰ ਬੋਝ ਪਾਇਆ ਜਾਂਦਾ ਹੈ ਚਾਹੇ ਗੱਡੀ ਖਰੀਦ ਦਿਓ ਮੋਟਰਸਾਈਕਲ ਖਰੀਦ ਦਿਓ ਬਿਜਲੀ ਦਾ ਬਿੱਲ ਭਰ ਦਿਓ ਸੀਮੈਂਟ ਦਾ ਥੈਲਾ ਖਰੀਦ ਦਿਓ ਸ਼ਰਾਬ ਦੀ ਬੋਤਲ ਖਰੀਦ ਦਿਓ ਹਰ ਇੱਕ ਚੀਜ਼ ਤੇ ਕਾਉਸਸ ਜਿਹੜਾ ਹੈ ਉਹ ਲਾਇਆ ਜਾਂਦਾ ਹੈ ਤਾਂ ਕਿ ਇਹ ਗਊਸ਼ਾਲਾ ਜਿਹੜੀ ਕਮਿਸ਼ਨ ਹੈ ਪੰਜਾਬ ਗਊ ਸੇਵਾ ਕਮਿਸ਼ਨ ਇਹਨੂੰ ਆ ਸਕੇ ਔਰ ਇਹਦੇ ਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣੇ ਮੈਂਬਰ ਲਗਾ ਸਕੇ ਔਰ ਉਹਨਾਂ ਮੈਂਬਰਾਂ ਤੋਂ ਫਿਰ ਮਾਲਵਿੰਦਰ ਸਿੰਘ ਮਾਲੀ ਹੋਣਾਂ ਵਰਗਿਆਂ ਤੇ ਪਰਚੇ ਕਰਵਾ ਸਕੇ ਕਾਉਸਸ ਐਫ ਆਈ ਆਈ ਬਹੁਤ ਇੰਪੋਰਟੈਂਟ ਮੁੱਦਾ ਹੈ ਕਿਉਂਕਿ ਪੰਜਾਬ ਸਰਕਾਰ ਦਾ ਖਜ਼ਾਨਾ ਬਿਲਕੁਲ ਖਾਲੀ ਹੈ ਉਹਦੇ ਵਿੱਚ ਭਾਨ ਖੜਕਦਾ ਹੋਇਆ ਆਪਾਂ ਨੂੰ ਸੁਣ ਰਿਹਾ ਹੈਗਾ ਤੇ ਕਾਉਸਸ ਦੀ ਵੱਡੀ ਚੋਰੀ ਤੇ ਵੱਡੀ ਦੁਰਵਰਤੋਂ ਸਾਡੀ ਸਾਹਮਣੇ ਇੱਕ ਵੱਡਾ ਮੁੱਦਾ ਹੈ ਇਹਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਕਿਉਂਕਿ ਅਲਟੀਮੇਟ ਜਾਣਕਾਰੀ ਦੇਣਾ ਹੀ ਤੁਹਾਡੇ ਲਈ ਸਾਡਾ ਕੰਮ ਹੈਗਾ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਪੰਜਾਬ ਪੁਲਿਸ ਜਿਸ ਤਰ੍ਹਾਂ ਦੀਆਂ ਗਲਾ ਘੋਟੂ ਕਾਰਵਾਈਆਂ ਕਰ ਰਹੀ ਹੈ ਪਹਿਲਾ ਵਿਸਲ ਬਲੂਅਰਸ ਤੇ ਫਿਰ ਪੱਤਰਕਾਰਾਂ ਤੇ ਹੁਣ ਮਲਵਿੰਦਰ ਸਿੰਘ ਮਾਲੀ ਜੋ ਖੁਦ ਇੱਕ ਪੱਤਰਕਾਰ ਵੀ ਰਹੇ ਨੇ ਇੱਕ ਵੱਡੇ ਵੱਡਾ ਨਾਮ ਨੇ ਉਹਨਾਂ ਤੇ ਜਿਹੜੀ ਇਹ ਕਾਰਵਾਈ ਹੋਈ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੀ ਕਿਉਂਕਿ 2.5 ਸਾਲ ਅੱਧਾ ਸਮਾਂ ਆਲਰੇਡੀ ਇਹ ਸਰਕਾਰ ਦਾ ਨਿਕਲ ਚੁੱਕਾ ਹੈ ਇਹ ਇਹਨਾਂ ਦੇ ਕਾਫਨ ਦੇ ਵਿੱਚ ਕਿੱਲ ਜੜੇ ਜਾ ਰਹੇ ਨੇ ਔਰ ਇੱਕ ਕਿੱਲ ਆਪਣੇ ਆਪ ਹੀ ਜੜ ਰਹੇ ਨੇ lettes see ਆਖਰੀ ਕਿੱਲ ਕਿਹੜਾ ਹੋਊਗਾ ਥੈਂਕ ਯੂ ਸੋ ਮੱਚ ਫॉर ਵਾਚਿੰਗ